ਮਾੜਾ ਵਕਤ ਵੀ ਚੰਗਾ ਹੀ ਹੁੰਦਾ, ਸਭ ਦੀ ਪਰਖ ਕਰਾ ਜੇ, ਅਸਲੀ ਸੱਜਣ ਉਹੀ ਜੋ ਔਖੇ ਵੇਲੇ ਕੰਮ ਆ ਜੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਰਜਿੰਦਰ ਬਰਾੜ ਅਤੇ ਤੁਸੀਂ ਦੇਖ ਰਹੇ ਹੋ RB ਪੰਜਾਬੀ ਫਨ ਚੈਨਲ। ਦੋਸਤੋ, ਅੱਜ ਆਪਾਂ ਇਸ ਵੀਡੀਓ ਰਾਹੀਂ ਇੱਕ ਅਜਿਹੇ ਐਕਟਰ ਦੀ ਗੱਲ ਕਰਾਂਗੇ ਜਿਸ ਨੂੰ ਕਿ ਪੰਜਾਬੀ ਫਿਲਮਾਂ ਦਾ ਅਮਿਤਾਭ ਬੱਚਨ ਆਖਿਆ ਜਾਂਦਾ ਸੀ, ਜਿਸ ਨੇ ਲਗਭਗ 300 ਤੋਂ ਜ਼ਿਆਦਾ ਪੰਜਾਬੀ ਅਤੇ ਹਿੰਦੀ ਫਿਲਮਾਂ ਕੀਤੀਆਂ। ਉਹਨਾਂ ਨੇ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਦਿਲੀਪ ਕੁਮਾਰ ਸਾਹਿਬ ਦੇ ਨਾਲ ਕੰਮ ਕੀਤਾ, ਪਰ ਉਹਨਾਂ ਦੀ ਅੱਜ ਹਾਲਤ ਇੰਨੀ ਬੁਰੀ ਆ ਕਿ ਉਹਨਾਂ ਕੋਲ ਦੋ ਵਕਤ ਦੀ ਰੋਟੀ ਲਈ ਵੀ ਪੈਸੇ ਨਹੀਂ, ਰਹਿਣ ਲਈ ਛੱਤ ਨਹੀਂ ਅਤੇ ਆਪਣੇ ਇਲਾਜ ਲਈ ਪੈਸੇ ਨਹੀਂ। ਦੋਸਤੋ, ਆਪਾਂ ਅੱਜ ਇਸ ਵੀਡੀਓ ਰਾਹੀਂ ਸਤੀਸ਼ ਕੌਲ ਸਾਹਿਬ ਦੀ ਗੱਲ ਕਰਾਂਗੇ ਕਿ ਕਿਵੇਂ ਉਹ ਅਰਸ਼ਾਂ ਤੋਂ ਫਰਸ਼ਾਂ 'ਤੇ ਆ ਗਏ। ਦੋਸਤੋ, ਉਹਨਾਂ ਦੇ ਦੁੱਖਾਂ ਦੀ ਕਹਾਣੀ ਤੁਹਾਨੂੰ ਭਾਵਕ ਕਰ ਦੂਗੀ। ਦੋਸਤੋ, ਜੇਕਰ ਤੁਸੀਂ ਪੂਰੀ ਵੀਡੀਓ ਦੇਖੋਗੇ ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿ ਰਿਸ਼ਤੇ ਇੰਨੇ ਖੋਖਲੇ ਵੀ ਹੋ ਸਕਦੇ ਆ, ਜਿਨ੍ਹਾਂ ਰਿਸ਼ਤਿਆਂ 'ਤੇ ਆਪਾਂ ਮਾਣ ਕਰਦੇ ਹਾਂ ਕਿ ਇਹ ਸਾਡੇ ਤੋਂ ਦੂਰ ਨਹੀਂ ਜਾ ਸਕਦਾ, ਔਖੇ ਟਾਈਮ ਦੇ ਵਿੱਚ ਇਹ ਸਾਡੀ ਹੈਲਪ ਕਰੂਗਾ, ਉਹ ਸਾਰੇ ਪਿੱਛੇ ਹਟ ਜਾਂਦੇ ਆ। ਯਾਰ ਦੋਸਤ ਕਿਵੇਂ ਇੱਕ ਕਰਕੇ ਔਖਾ ਟਾਈਮ ਆਉਣ 'ਤੇ ਪਿੱਛੇ ਹਟ ਜਾਂਦੇ ਆ, ਪੂਰੀ ਕਹਾਣੀ ਦੇ ਵਿੱਚ ਤੁਹਾਨੂੰ ਸਤੀਸ਼ ਕੌਲ ਸਾਹਿਬ ਦੀ ਇਹ ਪਤਾ ਲੱਗੂਗਾ ਕਿ ਚੰਗੇ ਵਕਤ ਦੇ ਵਿੱਚ ਸਾਰੇ ਨਾਲ ਹੁੰਦੇ ਆ, ਪਰ ਜਿਵੇਂ ਹੀ ਮਾੜਾ ਟਾਈਮ ਆਉਂਦਾ ਤਾਂ ਸਾਰੇ ਹੱਥ ਪਿੱਛੇ ਖਿੱਚ ਲੈਂਦੇ ਆ। ਸੋ ਤੁਹਾਨੂੰ ਰਿਕੁਐਸਟ ਆ ਕਿ ਇਹ ਛੋਟੀ ਜਿਹੀ ਵੀਡੀਓ ਜ਼ਰੂਰ ਦੇਖੋ, ਅਤੇ ਜੇਕਰ ਤੁਸੀਂ ਵੀ ਸਤੀਸ਼ ਕੌਲ ਸਾਹਿਬ ਨੂੰ ਐਕਟਿੰਗ ਕਰਦੇ ਦੇਖਿਆ ਤਾਂ ਇੱਕ ਵਾਰ ਸਤੀਸ਼ ਕੌਲ ਜਿੰਦਾਬਾਦ ਜ਼ਰੂਰ ਲਿਖੋ। ਸੋ ਦੋਸਤੋ, ਮੈਂ ਤੁਹਾਨੂੰ ਦੱਸ ਚੁੱਕਿਆ ਕਿ ਸਤੀਸ਼ ਕੌਲ ਸਾਹਿਬ ਇੱਕ ਸੁਪਰਸਟਾਰ ਸੀ ਪੰਜਾਬੀ ਫਿਲਮਾਂ ਦੇ, ਇਸ ਤੋਂ ਇਲਾਵਾ ਹਿੰਦੀ ਫਿਲਮਾਂ ਦੇ ਵਿੱਚ ਵੀ ਬਹੁਤ ਵਧੀਆ ਕੰਮ ਕਰ ਚੁੱਕੇ ਆ। ਉਹਨਾਂ ਨੇ ਲੱਛੀ, ਸਹਿਤਾ ਜੋਗਣ ਅਤੇ ਰਾਣੋ ਵਰਗੀਆਂ ਸੁਪਰ ਡੁਪਰ ਹਿੱਟ ਫਿਲਮਾਂ ਦਿੱਤੀਆਂ। ਇਸ ਤੋਂ ਇਲਾਵਾ ਪਿਛਲੇ ਦਿਨੀ ਸ਼ਾਹਰੁਖ ਖਾਨ ਜਦੋਂ ਇੱਕ ਪੰਜਾਬੀ ਇੰਟਰਵਿਊ ਵਿੱਚ ਆਏ ਤਾਂ ਉਹਨਾਂ ਨੇ ਕਿਹਾ ਕਿ ਉਹ ਸਤੀਸ਼ ਕੌਲ ਸਾਹਿਬ ਨੂੰ ਦੇਖ ਕੇ ਐਕਟਿੰਗ ਸਿੱਖੇ ਆ, ਹਾਲਾਂਕਿ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਸਤੀਸ਼ ਕੌਲ ਸਾਹਿਬ ਇਸ ਟਾਈਮ ਕਿਸ ਸਥਿਤੀ ਦੇ ਵਿੱਚ ਗੁਜ਼ਰ ਰਹੇ ਆ, ਨਾ ਹੀ ਐਂਕਰ ਨੇ ਉਹਨਾਂ ਨੂੰ ਇਹ ਦੱਸਣਾ ਜ਼ਰੂਰੀ ਸਮਝਿਆ ਕਿ ਸਤੀਸ਼ ਕੌਲ ਸਾਹਿਬ ਅੱਜ ਬਹੁਤ ਬੁਰੀ ਹਾਲਤ ਦੇ ਵਿੱਚ ਆ। ਸੋ ਦੋਸਤੋ, ਸਵਾਲ ਇਹ ਉੱਠਦਾ ਕਿ ਇੱਕ ਸੁਪਰਸਟਾਰ ਜਿਸ ਦੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ, ਇਸ ਤੋਂ ਇਲਾਵਾ ਉਹਨਾਂ ਦੇ ਇੰਨੇ ਜ਼ਿਆਦਾ ਫੈਨ ਸੀ ਕਿ ਉਹਨਾਂ ਦੇ ਨਾਲ ਇੱਕ ਇੱਕ ਫੋਟੋ ਖਿਚਾਉਣ ਦੇ ਲਈ ਇੱਕ ਲੰਬੀ ਲਾਈਨ ਲੱਗੀ ਰਹਿੰਦੀ ਸੀ, ਕੀ ਕਾਰਨ ਰਿਹਾ ਕਿ ਉਹ ਅਰਸ਼ ਤੋਂ ਫਰਸ਼ 'ਤੇ ਆ ਗਿਆ। ਸੋ ਦੋਸਤੋ, ਉਹਨਾਂ ਦੇ ਦੁੱਖਾਂ ਦਾ ਸਫ਼ਰ ਉਦੋਂ ਸ਼ੁਰੂ ਹੋਇਆ ਜਦੋਂ ਉਹਨਾਂ ਦੀ ਪਤਨੀ ਨੂੰ ਉਹਨਾਂ ਤੋਂ ਤਲਾਕ ਲੈ ਲਿਆ ਅਤੇ ਉਹਨਾਂ ਨੂੰ ਛੱਡ ਕੇ ਵਿਦੇਸ਼ ਦੇ ਵਿੱਚ ਉਹਨਾਂ ਦੇ ਬੇਟੇ ਦੇ ਸਮੇਤ ਚਲੀ ਗਈ ਅਤੇ ਉਹ ਇਕੱਲੇ ਰਹਿ ਗਏ, ਪਰ ਉਹਨਾਂ ਨੇ ਹੌਸਲਾ ਨਹੀਂ ਹਾਰਿਆ, ਉਹਨਾਂ ਨੇ ਲਗਾਤਾਰ ਆਪਣੀ ਐਕਟਿੰਗ ਨੂੰ ਜਾਰੀ ਰੱਖਿਆ, ਪਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਵੱਡਾ ਘਾਟਾ ਪੈਣਾ ਹਜੇ ਬਾਕੀ ਸੀ। ਉਹਨਾਂ ਨੇ ਢਲਦੀ ਹੋਈ ਉਮਰ ਨੂੰ ਦੇਖ ਕੇ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਇੱਕ ਐਕਟਿੰਗ ਸਕੂਲ ਖੋਲ੍ਹਿਆ ਜਾਵੇ ਅਤੇ ਉਸ ਤੋਂ ਵੀ ਕੁਝ ਕਮਾਈ ਕੀਤੀ ਜਾਵੇ, ਅਤੇ ਉਹਨਾਂ ਨੇ ਲੁਧਿਆਣੇ ਦੇ ਵਿੱਚ ਆਪਣਾ ਇੱਕ ਐਕਟਿੰਗ ਸਕੂਲ ਬਣਾਇਆ, ਜਿਸ ਦੇ ਵਿੱਚ ਉਹਨਾਂ ਨੂੰ ਇੰਨਾ ਜ਼ਿਆਦਾ ਘਾਟਾ ਪਿਆ ਅਤੇ ਉਹਨਾਂ ਦੇ ਸਾਰੀ ਜ਼ਿੰਦਗੀ ਦੀ ਕਮਾਈ ਲੱਗ ਗਈ। ਇਸ ਤੋਂ ਇਲਾਵਾ ਉਹਨਾਂ ਦਾ ਜਿਹੜਾ ਘਰ ਸੀ ਉਹ ਵੀ ਉੱਥੇ ਹੀ ਵਿਕ ਗਿਆ ਅਤੇ ਉਹਨਾਂ ਨੂੰ ਬਿਰਧ ਆਸ਼ਰਮ ਦੇ ਵਿੱਚ ਜਾ ਕੇ ਰਹਿਣਾ ਪਿਆ, ਪਰ ਇਹ ਸਭ ਕੁਝ ਸਹਿੰਦੇ ਹੋਏ ਸਤੀਸ਼ ਕੌਲ ਸਾਹਿਬ ਨੇ ਹਿੰਮਤ ਨਹੀਂ ਹਾਰੀ, ਉਹਨੇ ਆਪਣੇ ਐਕਟਿੰਗ ਦਾ ਜਿਹੜਾ ਸਿਲਸਿਲਾ ਸੀ ਲਗਾਤਾਰ ਜਾਰੀ ਰੱਖਿਆ, ਪਰ ਉਹਨਾਂ ਨੂੰ ਅਜੇ ਤੱਕ ਹੋਰ ਦੁੱਖ ਜ਼ਿੰਦਗੀ ਦੇ ਵਿੱਚ ਦੇਖਣੇ ਬਾਕੀ ਸੀ। ਉਹਨਾਂ ਨੂੰ ਇੱਕ ਬਹੁਤ ਵੱਡਾ ਦੁੱਖ ਉਦੋਂ ਆਇਆ ਜਦੋਂ ਉਹ ਇੱਕ ਫਿਲਮ ਦੇ ਸੈੱਟ ਦੇ ਉੱਪਰ ਤਿਲਕ ਕੇ ਡਿੱਗ ਪਏ ਅਤੇ ਉਹਨਾਂ ਦਾ ਚੂਕਣਾ ਟੁੱਟ ਗਿਆ। ਲਗਭਗ 2.5 ਸਾਲ ਤੱਕ ਸਤੀਸ਼ ਕੌਲ ਸਾਹਿਬ ਬੈੱਡ 'ਤੇ ਰਹੇ, ਹਾਲਾਤ ਇੰਨੇ ਬੁਰੇ ਹੋ ਗਏ ਕਿ ਉਹਨਾਂ ਕੋਲ ਆਪਣੇ ਇਲਾਜ ਲਈ ਪੈਸਾ ਨਹੀਂ ਸੀ, ਇਸ ਤੋਂ ਇਲਾਵਾ 2 ਟਾਈਮ ਦੀ ਰੋਟੀ ਦੇ ਲਈ ਪੈਸਾ ਨਹੀਂ ਸੀ ਅਤੇ ਉਹਨਾਂ ਕੋਲ ਘਰ ਤਾਂ ਉਹਨਾਂ ਦਾ ਪਹਿਲਾਂ ਹੀ ਵਿਕ ਚੁੱਕਿਆ ਸੀ। ਸੋ ਸਤੀਸ਼ ਕੌਲ ਸਾਹਿਬ ਇਹ ਦੱਸਦੇ ਰੋਣ ਲੱਗ ਪੈਂਦੇ ਆ ਅਤੇ ਉਹ ਕਹਿੰਦੇ ਆ ਕਿ ਜਿਹੜੇ ਉਹਨਾਂ ਦੇ ਪੈਰਾਂ ਥੱਲੇ ਤਲੀਆਂ ਰੱਖਦੇ ਸੀ, ਇੱਕ ਝਲਕ ਲਈ ਤਰਸ ਜਾਂਦੇ ਸੀ, ਕੋਈ ਵੀ ਉਹਨਾਂ ਦਾ ਸਾਥ ਦੇਣ ਲਈ ਨਹੀਂ ਆਇਆ, ਇੰਡਸਟਰੀ ਦੇ ਵਿੱਚੋਂ ਕਿਸੇ ਨੇ ਵੀ ਉਹਨਾਂ ਦੀ ਮਦਦ ਕਰਨ ਦੇ ਲਈ ਹੱਥ ਨਹੀਂ ਵਧਾਇਆ, ਸਗੋਂ ਔਖੇ ਟਾਈਮ ਦੇ ਵਿੱਚ ਉਹਨਾਂ ਨੂੰ ਇਕੱਲਿਆਂ ਛੱਡ ਦਿੱਤਾ। ਦੋਸਤੋ, ਲਗਭਗ 2.5 ਸਾਲ ਤੋਂ ਸਤੀਸ਼ ਕੌਲ ਸਾਹਿਬ ਵੱਖ ਵੱਖ TV ਚੈਨਲਾਂ ਰਾਹੀਂ, ਇਸ ਤੋਂ ਇਲਾਵਾ YouTube ਚੈਨਲਾਂ ਰਾਹੀਂ ਇਹ ਬੇਨਤੀ ਕਰਦੇ ਰਹੇ ਕਿ ਕੋਈ ਤਾਂ ਅੱਗੇ ਆਵੇ ਅਤੇ ਉਹਨਾਂ ਦੀ ਮਦਦ ਕਰੇ ਤਾਂ ਕਿ ਉਹ ਆਪਣਾ ਇਲਾਜ ਕਰਾ ਸਕਣ, ਪਰ ਇੰਡਸਟਰੀ ਦੇ ਵਿੱਚੋਂ ਜਾਂ ਕੋਈ ਵੀ ਆਮ ਲੋਕਾਂ ਦੇ ਵਿੱਚੋਂ ਉਹਨਾਂ ਦੀ ਮਦਦ ਦੇ ਲਈ ਜਾਂ ਕੋਈ ਲੀਡਰ ਅੱਗੇ ਨਹੀਂ ਆਇਆ। ਪਰ ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਦੇ ਕੰਨਾਂ ਤੱਕ ਉਹਨਾਂ ਦੀ ਇਹ ਹਾਲਤ ਬਾਰੇ ਸੂਚਨਾ ਪਹੁੰਚੀ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਕਰ ਦਿੱਤਾ ਕਿ ਉਹ ਸਤੀਸ਼ ਕੌਲ ਸਾਹਿਬ ਦੀ ਹਰ ਪੱਖੋਂ ਮਦਦ ਕਰਨਗੇ। ਉਹਨਾਂ ਨੇ ਇੱਕ ਟਵੀਟ ਕਰਕੇ ਇਹ ਕਿਹਾ ਕਿ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਊਗੀ, ਚਾਹੇ ਇਲਾਜ ਦੀ ਗੱਲ ਹੋਵੇ, ਚਾਹੇ ਉਹਨਾਂ ਨੂੰ ਰਹਿਣ ਦੇ ਲਈ ਛੱਤ ਦੀ ਜ਼ਰੂਰਤ ਉਹ ਵੀ ਉਹਨਾਂ ਦੀ ਸਹਾਇਤਾ ਕੀਤੀ ਜਾਊਗੀ। ਇਸ ਤੋਂ ਇਲਾਵਾ
ਕੌਲ ਸਾਹਿਬ ਨੇ ਕਿਹਾ ਕਿ ਉਹਨਾਂ ਨੂੰ ਇੱਕ ਸਹਾਇਕ ਦੀ ਜ਼ਰੂਰਤ ਆ ਜੋ ਉਹਨਾਂ ਦੀ ਉੱਠਣ ਬੈਠਣ ਅਤੇ ਦਵਾਈ ਦੇਣ ਦੇ ਵਿੱਚ ਮਦਦ ਕਰ ਸਕੇ। ਸੋ ਉਹ ਗੱਲ ਵੀ ਲੱਗਦਾ ਕੈਪਟਨ ਅਮਰਿੰਦਰ ਸਿੰਘ ਨੇ ਮੰਨ ਲਈ ਹੈ ਇਹ ਗੱਲ। ਸਤੀਸ਼ ਕੌਲ ਸਾਹਿਬ ਨੇ ਕਹੀ ਕਿ ਉਹਨਾਂ ਦੀ ਡੀਸੀ ਸਾਹਿਬ ਦੇ ਨਾਲ ਗੱਲ ਹੋਈ ਹੈ ਅਤੇ ਉਹ ਜਲਦ ਹੀ DC ਸਾਹਿਬ ਨੂੰ ਮਿਲਣਗੇ। ਪੰਜਾਬ ਸਰਕਾਰ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਮਦਦ ਕਰਨ ਦੇ ਲਈ ਸਹਿਮਤੀ ਜਿਤਾਈ ਆ। ਸੋ ਦੋਸਤੋ, ਤੁਹਾਨੂੰ ਰਿਕੁਐਸਟ ਆ ਕਿ ਤੁਸੀਂ ਇੱਕ ਕਮੈਂਟ ਕਰਕੇ ਸਤੀਸ਼ ਕੌਲ ਸਾਹਿਬ ਬਾਰੇ ਜ਼ਰੂਰ ਕੁਛ ਨਾ ਕੁਛ ਕਮੈਂਟ ਦੇ ਵਿੱਚ ਲਿਖੋ। ਇਸ ਤੋਂ ਇਲਾਵਾ ਵੀਡੀਓ ਨੂੰ ਪਲੀਜ਼ 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 ਜ਼ਰੂਰ ਸ਼ੇਅਰ ਕਰੋ ਤਾਂ ਕਿ ਸਤੀਸ਼ ਕੌਲ ਸਾਹਿਬ ਦਾ ਇਹ ਦੁੱਖ ਦੂਜੇ ਲੋਕਾਂ ਤੱਕ ਪਹੁੰਚੇ ਅਤੇ ਉਹ ਵੀ ਸਤੀਸ਼ ਕੌਲ ਸਾਹਿਬ ਦੀ ਮਦਦ ਕਰਨ ਦੇ ਲਈ ਅੱਗੇ ਆਉਣ। ਪਲੀਜ਼ ਸ਼ੇਅਰ ਕਰਨਾ ਨਾ ਭੁੱਲੋ। ਜੇਕਰ ਤੁਸੀਂ ਸਤੀਸ਼ ਕੌਲ ਸਾਹਿਬ ਨੂੰ ਪਿਆਰ ਕਰਦੇ ਹੋ ਅਤੇ ਉਹਨਾਂ ਦੀ ਐਕਟਿੰਗ ਪੰਜਾਬੀ ਫਿਲਮਾਂ ਦੇ ਵਿੱਚ ਦੇਖ ਚੁੱਕੇ ਹਾਂ ਤਾਂ ਇੱਕ ਸ਼ੇਅਰ ਜ਼ਰੂਰ ਕਰੋ। ਇਸ ਤੋਂ ਇਲਾਵਾ ਸਤੀਸ਼ ਕੌਰ ਨੂੰ ਪਿਆਰ ਕਰਨ ਵਾਲੇ ਇੱਕ ਕਮੈਂਟ ਅਤੇ ਲਾਈਕ ਕਰਨਾ ਨਾ ਭੁੱਲੋ ਅਤੇ ਹੋਰ ਵੀਡੀਓ ਦੇ ਲਈ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ, ਕਿਉਂਕਿ ਮੈਂ ਵੀਰੇ ਹਰ ਰੋਜ਼ ਤੁਹਾਡੇ ਲਈ ਪੰਜਾਬੀ ਦੇ ਵਿੱਚ ਵੀਡੀਓਜ਼ ਲੈ ਕੇ ਆਉਂਦਾ ਰਹਿੰਦਾ। ਥੈਂਕ ਯੂ ਸੋ ਮੱਚ।